ਸੋ ਕੱਲ ਦੇ ਤੇ ਅੱਜ ਸਵੇਰ ਦੇ ਕਾਫੀ ਮੈਸੇਜ ਆ ਰਹੇ ਨੇ ਜੀ। ਸੋ ਹੰਬਲ ਮਿਊਜ਼ਿਕ ਦੇ ਅਫੀਸ਼ੀਅਲ ਯੂਟਿਊਬ ਚੈਨਲ ਦੇ ਵਿੱਚ ਗਾਣੇ ਜਿਹੜੇ ਸਾਰੇ ਉੜ ਗਏ ਨੇ, ਉਹਦੀ ਪ੍ਰੋਬਲਮ ਕਿਸੇ ਨੇ ਕੋਈ ਹੈਕ ਚੱਲ ਰਿਹਾ ਸੀ, ਡਿਊ ਟੂ ਦੈਟ ਉਹ ਇੱਕ ਪਤਾ ਨਹੀਂ ਕਿਉਂ ਚੈਨਲ ਕਿਸੇ ਨੇ ਕਰਕੇ ਉਹ ਕੰਟੈਂਟ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ, ਬਟ ਹੋ ਜੂਗਾ ਸ਼ਾਮ ਤੱਕ ਠੀਕ ਜੀ ਸਾਰਾ ਕੁਛ। ਜਿਹੜੇ ਜਿਹੜੇ ਬੰਦੇ ਸਾਡੇ ਨਾਲ ਖੇਡ ਖੜਈਆ ਕਰਨ ਦੀ ਸੋਚ ਰਹੇ ਹੋ, ਠੀਕ ਹੈ ਨਾ, ਕਰੋ ਜੀ ਸਦਕੇ ਕਰਿਓ, ਪਰ ਆਪਦੇ ਵਾਰੀ ਵੀਰੇ ਚੀਕ ਨਾ ਮਾਰਿਓ, ਕਿਉਂਕਿ ਫਿਰ ਅਸੀਂ ਵੀ ਨਵਜੀ ਦੱਬਾਂਗੇ ਜਦੋਂ ਦੱਬਣ ਤੇ ਆ ਗਏ। ਦੋਸਤੋ, ਗਿੱਪੀ ਗਰੇਵਾਲ ਨੇ ਲਾਈਵ ਆ ਕੇ ਜਵਾਬ ਦਿੱਤੇ ਕਿ ਕਿਉਂ ਸਿੱਧੂ ਦੇ ਗਾਣੇ ਹੰਬਲ ਮਿਊਜ਼ਿਕ ਚੈਨਲ ਤੋਂ ਡਿਲੀਟ ਹੋਏ, ਸਾਜ਼ਿਸ਼ ਦਾ ਵੀ ਪਰਦਾ ਫਾਸ਼ ਕੀਤਾ। ਪੂਰੀ ਖਬਰ ਇੱਥੇ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਿੱਧੂ ਦੀ ਸਪੋਰਟ ਕਰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਨਾ ਨਾ ਭੁੱਲਣਾ, ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਜਿਵੇਂ ਕਿ ਤੁਸੀਂ ਵੀ ਜਾਣ ਹੀ ਗਏ ਹੋਵੋਗੇ ਕਿ ਸਿੱਧੂ ਮੂਸੇਵਾਲ ਦੇ ਕਈ ਵੱਡੇ ਗਾਣੇ ਯੂਟਿਊਬ ਤੋਂ ਡਿਲੀਟ ਦਿਖਾਈ ਦੇ ਰਹੇ ਹਨ ਤੇ ਸਾਰੇ ਫੈਨਸ ਵੀ ਇਸ ਬਾਰੇ ਪੁੱਛ ਰਹੇ ਹਨ। ਸਿੱਧੂ ਦੇ ਸਭ ਤੋਂ ਵੱਡੇ ਗਾਣੇ ਜਿਨ੍ਹਾਂ ਵਿੱਚੋਂ ਸੋ ਹਾਈ, ਟੋਚਨ ਅਤੇ ਇਸਾ ਜੱਟ ਸਿੱਧੂ ਦੇ ਸਭ ਤੋਂ ਵੱਡੇ ਗਾਣੇ ਜਿਨ੍ਹਾਂ ਵਿੱਚੋਂ ਸੋ ਹਾਈ, ਟੋਚਨ ਤੇ ਇਸਾ ਜੱਟ ਸਾਰੇ ਹੀ ਹੰਬਲ ਮਿਊਜ਼ਿਕ ਰਾਹੀਂ ਰਿਲੀਜ਼ ਕੀਤੇ ਗਏ ਸਨ ਪਿਛਲੇ ਕੁਝ ਸਾਲਾਂ ਵਿੱਚ। ਦੱਸ ਦਈਏ ਕਿ ਹੰਬਲ ਮਿਊਜ਼ਿਕ ਕੰਪਨੀ ਗਿੱਪੀ ਗਰੇਵਾਲ ਹੁਣਾਂ ਦੀ ਕੰਪਨੀ ਹੈ ਤੇ ਉਹਨਾਂ ਵੱਲੋਂ ਕਈ ਕਲਾਕਾਰਾਂ ਨੂੰ ਇਸੇ ਕੰਪਨੀ ਰਾਹੀਂ ਮੌਕੇ ਵੀ ਦਿੱਤੇ ਗਏ ਹਨ, ਅਤੇ ਇਸੇ ਰਾਹੀਂ ਸਿੱਧੂ ਮੂਸੇਵਾਲ ਦਾ ਸਭ ਤੋਂ ਵੱਡਾ ਗਾਣਾ ਸੋ ਹਾਈ ਰਿਲੀਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੀ ਸਿੱਧੂ ਦੀ ਪਹਿਚਾਣ ਵੀ ਬਣੀ ਤੇ ਅੱਜ ਤੱਕ ਮੂਸੇਵਾਲ ਉਸ ਬਾਰੇ ਗੱਲ ਵੀ ਕਰਦਾ ਹੈ। ਸੋਸ਼ਲ ਮੀਡੀਆ ਤੇ ਫੈਨਸ ਵੱਲੋਂ ਲਗਾਤਾਰ ਪੁੱਛਿਆ ਜਾ ਰਿਹਾ ਸੀ ਕਿ ਇਹਨਾਂ ਸੌਂਗਸ ਡਿਲੀਟ ਹੋਣ ਦਾ ਮੁੱਖ ਕਾਰਨ ਕੀ ਹੋ ਸਕਦਾ ਹੈ, ਕਿਉਂਕਿ ਹੰਬਲ ਮਿਊਜ਼ਿਕ ਕੋਈ ਛੋਟੀ ਜੀ ਕੰਪਨੀ ਤਾਂ ਹੈ ਨਹੀਂ, ਤੇ ਕੁਝ ਜਾਣਿਆਂ ਵੱਲੋਂ ਜਾਣ ਬੁੱਝ ਕੇ ਗੱਲ ਗਿੱਪੀ ਗਰੇਵਾਲ ਵੱਲ ਕਹੀ ਜਾ ਰਹੀ ਸੀ ਕਿ ਉਹਨਾਂ ਵੱਲੋਂ ਇਹ ਕੰਮ ਕੀਤਾ ਹੋਵੇਗਾ ਕਿਉਂਕਿ ਚੈਨਲ ਉਹਨਾਂ ਦਾ ਹੀ ਹੈ। ਤਾਂ ਇਸੇ ਨੂੰ ਲੈ ਕੇ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਤੋਂ ਲਾਈਵ ਹੋ ਕੇ ਸਾਰੀ ਗੱਲ ਕਲੀਅਰ ਕੀਤੀ ਤੇ ਦੱਸਿਆ ਕਿ ਸਿਰਫ ਇਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਗਾਣੇ ਉਹਨਾਂ ਦੇ ਚੈਨਲ ਤੋਂ ਡਿਲੀਟ ਹੋਏ ਹਨ। ਇੱਥੇ ਵੱਡੀ ਗੱਲ ਜੋ ਗਿੱਪੀ ਨੇ ਕਹੀ ਉਹ ਤੁਸੀਂ ਵੀ ਦੇਖ ਸਕਦੇ ਹੋ ਕਿ ਇਸ ਦੇ ਪਿੱਛੇ ਜ਼ਰੂਰ ਕਿਸੇ ਦੀ ਸਾਜ਼ਿਸ਼ ਹੋ ਸਕਦੀ ਹੈ ਤੇ ਉਹ ਵੀ ਮੂਸੇਵਾਲ ਦੇ ਵਿਰੋਧੀ ਦੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਠੀਕ ਠਾਕ ਹੋ ਜੀ ਸਾਰੇ? ਸੋ ਕੱਲ ਦੇ ਤੇ ਅੱਜ ਸਵੇਰ ਦੇ ਕਾਫੀ ਮੈਸੇਜ ਆ ਰਹੇ ਨੇ ਜੀ। ਸੋ ਹੰਬਲ ਮਿਊਜ਼ਿਕ ਦੇ ਅਫੀਸ਼ੀਅਲ ਯੂਟਿਊਬ ਚੈਨਲ ਦੇ ਵਿੱਚ ਗਾਣੇ ਜਿਹੜੇ ਸਾਰੇ ਉੜ ਗਏ ਨੇ, ਉਹਦੀ ਪ੍ਰੋਬਲਮ ਕਿਸੇ ਨੇ ਕੋਈ ਹੈਕ ਚੱਲ ਰਿਹਾ ਸੀ, ਡਿਊ ਟੂ ਦੈਟ ਉਹ ਇੱਕ ਪਤਾ ਨਹੀਂ ਕਿਉਂ ਚੈਨਲ ਕਿਸੇ ਨੇ ਕਰਕੇ ਉਹ ਕੰਟੈਂਟ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ, ਬਟ ਹੋ ਜੂਗਾ ਸ਼ਾਮ ਤੱਕ ਠੀਕ ਜੀ ਸਾਰਾ ਕੁਛ। ਸੋ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਤੱਕ ਸਾਰਾ ਕੁਛ ਸੇਫਲੀ ਬੈਕ ਆ ਜੂਗਾ, ਅਤੇ ਤਦ ਤੱਕ ਦੇ ਲਈ ਰੁਕਾਵਟ ਕੇ ਲਈ ਖੇਦ ਹੈ। ਸੋ ਥੋੜ੍ਹੇ ਜਿਹੇ ਗਾਣੇ ਹਲੇ ਹੈਗੇ ਨੇ, ਇੰਜੋਏ ਕਰੋ, ਮੌਜਾਂ ਮਾਣੋ। ਇੱਥੇ ਜੇਕਰ ਦੇਖਿਆ ਜਾਵੇ ਤਾਂ ਇਸ ਵਿੱਚ ਸਿੱਧੂ ਮੂਸੇਵਾਲ ਦੇ ਉਹੀ ਗਾਣੇ ਕਿਉਂ ਉਡਾਏ ਗਏ ਜੋ ਕਿ ਸਭ ਤੋਂ ਵੱਡੇ ਸੁਪਰਹਿਟ ਰਹੇ ਹਨ ਪਿਛਲੇ ਕੁਝ ਸਾਲਾਂ ਵਿੱਚ। ਫੈਨਸ ਦਾ ਕਹਿਣਾ ਕਿ ਜਾਣ ਬੁੱਝ ਕੇ ਸਿੱਧੂ ਨਾਲ ਖਾਰ ਕੱਢਣ ਲਈ ਕਿਸੇ ਨੇ ਗਿੱਪੀ ਦੇ ਮੋਢੇ ਤੇ ਰੱਖ ਕੇ ਚਲਾਉਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ, ਅਤੇ ਇਸ ਤਰ੍ਹਾਂ ਇੰਨੀ ਵੱਡੀ ਕੰਪਨੀ ਦਾ ਚੈਨਲ ਤੱਕ ਹੈਕ ਕਰ ਲੈਣਾ ਤੇ ਉਸ ਤੋਂ ਸਾਰੇ ਗਾਣੇ ਉਡਾ ਦੇਣੇ, ਇਹ ਛੋਟੀ ਕੋਈ ਗੇਮ ਦਿਖਾਈ ਨਹੀਂ ਦਿੰਦੀ। ਗਿੱਪੀ ਦੇ ਕਹਿਣ ਅਨੁਸਾਰ ਜਲਦ ਹੀ ਇਸ ਦਾ ਵੀ ਪਤਾ ਲੱਗ ਸਕਦਾ ਹੈ ਕਿ ਕਿਸਨੇ ਇਹ ਕੰਮ ਕੀਤਾ, ਕੋਈ ਮੂਸੇਵਾਲ ਦਾ ਵਿਰੋਧੀ ਹੋ ਸਕਦਾ ਹੈ ਜਾਂ ਗਿੱਪੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼। ਇਸ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ, ਅਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।